ਸਰਕਾਰ ਵੱਲੋਂ ਫੌਜ ਵਿੱਚ ਭਰਤੀ ਲਈ ਲਿਆਂਦੀ ਗਈ ਅਗਨੀਪਥ ਯੋਜਨਾ ਨੂੰ ਲੈ ਕੇ ਨੌਜਵਾਨਾਂ ਵਿੱਚ ਕਈ ਭੁਲੇਖੇ ਨੇ ਪਰ ਆਮ ਲੋਕ ਨੌਜਵਾਨਾਂ ਨੂੰ ਇਸ ਯੋਜਨਾ ਦੀ ਸਹੀ ਜਾਣਕਾਰੀ ਲੈਣ ਮਗਰੋਂ ਹੀ ਇਸ ਬਾਰੇ ਕੋਈ ਫੈਸਲਾ ਕਰਨ ਦੀ ਸਲਾਹ ਦਿੰਦੇ ਨੇ ਲੋਕਾਂ ਮੁਤਾਬਕ ਘੱਟ ਉਮਰ ਵਿੱਚ ਫੌਜ ਵਿੱਚ ਜਾ ਕੇ ਨੌਜਵਾਨਾਂ ਨੂੰ ਕਈ ਖੇਤਰਾਂ ਵਿੱਚ ਫਾਇਦਾ ਮਿਲੇਗਾ ਇੱਕ ਰਿਪੋਰਟ ਗੁਰਦਾਸਪੁਰ ਦੇ ਵਸਨੀਕ ਪੰਕਜ ਮਹਾਜਨ ਦਾ ਕਹਿਣਾ ਹੈ ਕਿ ਅਗਨੀ ਪਤਰਾਂਹੀਂ ਫੌਜ ਵਿੱਚ ਸ਼ਾਮਲ ਹੋਣ ਲਈ ਰੱਖੀ ਗਈ ਭਰਤੀ ਦੀ ਉਮਰ ਸੰਭਲਣ ਦੀ ਹੁੰਦੀ ਹੈ ਅਤੇ ਜਿਹੜੇ ਬੱਚੇ ਇਸ ਉਮਰ ਵਿੱਚ ਦੇਸ਼ ਸੇਵਾ ਲਈ ਫੌਜ ਵਿੱਚ ਜਾਣਗੇ ਉਹ ਇੱਕ ਅਨੁਸ਼ਾਸਿਤ ਨਾਗਰਿਕ ਬਣ ਕੇ ਸਮਾਜ ਵਿੱਚ ਆਉਣਗੇ ਐ ਜਿਹੜੀ ਉਮਰ ਹੁੰਦੀ ਆ 17 ਸਾਲ ਤੋਂ 21 22 ਸਾਲ ਜਾਂ 23 24 ਸਾਲ 25 ਸਾਲ ਆ ਬੜੀ ਸੰਭਲਣ ਵਾਲੀ ਉਮਰ ਹੁੰਦੀ ਆ ਜਿਸ ਵਿੱਚ ਕਈ ਨੌਜਵਾਨ ਸਾਡੇ ਅੱਜ ਦੇ ਨਸ਼ੇ ਵਿੱਚ ਪੈ ਜਾਂਦੇ ਆ ਪਰ ਮੈਂ ਸਮਝਦਾ ਜਿਹੜੇ ਬੱਚੇ ਇਸ ਇਸ ਉਮਰ ਵਿੱਚ ਦੇਸ਼ ਦੀ ਸੇਵਾ ਕਰਨਗੇ ਇੱਕ ਚੰਗਾ ਅਨੁਸ਼ਾਸਨ ਦਿੱਕਣਗੇ ਡਿਸਪਲਿਨ ਚਰ ਹੈ ਕਿ ਇੱਕ ਦੇਸ਼ ਦੀ ਆਪਣੀਆਂ ਮਾਪਿਓ ਦੀ ਚੰਗੀ ਸੇਵਾ ਕਰ ਸਕਣਗੇ ਤੇ ਦੇਸ਼ ਦਾ ਭਵਿੱਖ ਉਜਲ ਬਣਾ ਸਕਣਗੇ ਇਸੇ ਤਰ੍ਹਾਂ Atul Agnipath Yojana ਵਿੱਚ ਇਸ ਸਾਲ ਲਈ ਉੱਪਰਲੀ ਉਮਰ ਹੱਦ ਨੂੰ 2 ਸਾਲ ਲਈ ਵਧਾਉਣ ਦਾ ਸਵਾਗਤ ਕਰ ਰਹੇ ਨੇ Agnipath Yojana ਇਹ ਸਰਕਾਰ ਨੇ ਲਿਆਂਦੀ ਹੈ ਬਹੁਤ ਵਧੀਆ ਸੀ ਪਹਿਲੇ ਵੀ ਵਧੀਆ ਸੀ ਹੁਣ ਸਰਕਾਰ ਨੇ ਜਿਹੜਾ ਛੋਣ ਕੀਤਾ ਵਾ ਏਜ ਪਹਿਲੇ 23 ਸਾਲ ਸੀ ਹੁਣ 21 ਸਾਲ ਸੀ ਹੁਣ 23 ਸਾਲ ਕੀਤੀ ਆ ਤੇ ਆਪਾਂ ਦੇ ਸਵਾਦ ਕਰਨੇ ਉਹਦਾ ਜਿਹੜੀ ਜਿੱਦਾ ਯੁਵਾਵਾਂ ਦੀ ਮੰਗ ਸੀ ਕਿਤੇ 21 ਸਾਲ ਹੈ ਜਿਹੜੀ ਆ ਘਟ ਹੈ ਗਈ ਹੈ 23 ਸਾਲ ਕੀਤੀ ਜਾਏ ਉਹ ਸਰਕਾਰ ਨੇ ਜਿਹੜਾ ਫੈਸਲਾ ਜਿਹੜਾ ਮੰਨਿਆ ਵਾ ਯੁਵਾਵਾਂ ਦਾ ਤੇ ਮੈਂ ਨਾਲ ਹੀ ਦੇਖਦੇ ਯੁਵਾਵਾਂ ਨੂੰ ਇੱਕ ਅਪੀਲ ਵੀ ਕਰਦਾ ਚਾਹਨਾ ਕਿ ਜਿਹੜੀਆਂ ਸਰਕਾਰ ਜਿਹੜੀ ਆ ਸਕੀਮ ਲਿਆਈ ਹੈ ਇਹਨੂੰ ਤੁਸੀਂ ਚੰਗੀ ਤਰ੍ਹਾਂ ਸਮਝੋ ਪਹਿਲੇ ਸਮਝ ਕੇ ਤੁਹਾਨੂੰ ਪਤਾ ਲੱਗੇ ਕਿਸੇ ਦੇ ਕਹਿਣ ਤੇ ਬਹਿਹਾਵੇ ਤੇ ਨਾ ਆਓ ਜੋ ਸਰਕਾਰ ਨੇ ਦੱਸਣਾ ਸੱਚ ਤੇ ਉਹੀ ਹੋਣਾ ਲੋਕਾਂ ਦੇ ਕਹਿਣ ਤੇ ਬੜੀ ਦੁਨੀਆ ਦੇ ਵਿੱਚ ਪਉਣ ਜਿਹੜਾ ਪ੍ਰਚਾਰ ਹੋ ਰਿਹਾ ਤੋਂ ਬਚਿਆ ਜਾਏ ਨਿਤਿਨ ਮਹਿਰਾ ਦੇ ਵਿਚਾਰ ਵਿੱਚ ਜਿਹੜਾ ਅਗਨੀ ਪਥ ਯੋਜਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਲੈ ਲਵੇਗਾ ਉਹ ਇਸ ਦਾ ਵਿਰੋਧ ਕਿਸੇ ਵੀ ਕੀਮਤ ਤੇ ਨਹੀਂ ਕਰੇਗਾ ਜਿਹੜਾ ਇਸ ਯੋਜਨਾ ਨੂੰ ਪੂਰੀ ਤਰ੍ਹਾਂ ਪੜ ਲੈਂਦਾ ਉਹ ਦਾ ਵਿਰੋਧ ਨਹੀਂ ਕਰੇਗਾ ਇਸ ਤੋਂ ਇਲਾਵਾ ਜੇ ਕੋ ਥੋੜਾ ਬਹੁਤ ਵਿਰੋਧ ਦਾ ਕਾਰਨ ਕੁਝ ਪਿਛਲੇ ਦਿਨਾਂ ਚ ਅਸੀਂ ਦੇਖਿਆ ਤੋ ਉਹਨੂੰ ਵੀ ਅੱਜ ਮੋਦੀ ਸਰਕਾਰ ਨੇ ਉਹ ਚ ਸੋਧ ਕਰਦੇ ਹੋਏ ਉਹ ਕਾਰਨ ਵੀ ਖਤਮ ਕਰ ਦਿੱਤਾ ਜਿਹਦੇ ਵਿੱਚ ਜਿਹੜੀ ਇੱਕ ਚ ਉਮਰ ਦੀ ਜਿਹੜੀ ਸੀਮਾ ਸੀ ਉਹ 2 ਸਾਲ ਵਧਾ ਦਿੱਤੀ ਗਈ ਹੈ ਯਕੀਨਨ ਨੌਜਵਾਨਾਂ ਨੂੰ ਇਸ ਅਗਨੀਪਥ ਯੋਜਨਾ ਬਾਰੇ ਵਿਸਥਾਰ ਨਾਲ ਜ਼ਰੂਰ ਸਮਝਣਾ ਚਾਹੀਦਾ ਹੈ ਤਾਂ ਜੋ ਉਹਨਾਂ ਦੇ ਸਾਰੇ ਭੁਲੇਖੇ ਦੂਰ ਹੋ ਸਕਣ ਗੁਰਦਾਸਪੁਰ ਤੋਂ ਬਸ਼ੰਬਰ ਬਿੱਟੂ ਨਾਲ ਸ਼ਿਸ਼ੂ ਸ਼ਰਮਾ ਸ਼ਾਂਤਲ ਦੂਰਦਰਸ਼ਨ ਸਮਾਚਾਰ ਜਲੰਧਰ